ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵੀਰੋ ਸਭ ਤੋਂ ਪਹਿਲਾਂ ਆਪਣਾ ਚੈਨਲ ਟਰੈਕਟਰ ਬਾਜ਼ਾਰ ਨੂੰ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਆਈਕਨ ਜਰੂਰ ਪ੍ਰੈਸ ਕਰ ਲਓ ਤਾਂ ਕਿ ਆਪਣੀ ਹਰੇਕ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੇ ਰਵੇ ਅਤੇ ਜੁੜੇ ਰਹੋ ਇਸ ਤਰ੍ਹਾਂ ਆਪਣੇ ਚੈਨਲ ਦੇ ਨਾਲ ਹੋਰ ਨਵੀਆਂ ਵੀਡੀਓ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਵੀਰੋ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਕਰੋ 97876196625 ਤੁਸੀਂ ਆਪਣੇ ਕਿਸੇ ਵੀ ਖੇਤੀਬਾੜੀ ਵਾਲੇ ਸੰਦ ਜਿਵੇਂ ਕਿ ਟਰੈਕਟਰ ਹਲ ਤਵੀਆਂ ਸੁਭਾਗਾ ਜ਼ਮੀਨ ਪਲਾਟ ਉਹਦੀ ਐਡ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਉੱਪਰ ਕਰਵਾਉਣੀ ਹੈ ਸਕਰੀਨ ਦੇ ਉੱਪਰ ਸ਼ੋਰ ਹੈ ਨੰਬਰ 5 ਤੋਂ 6 ਫੋਟਮਾ ਅਤੇ ਜਾਣਕਾਰੀ ਭੇਜ ਕੇ ਫ੍ਰੀ ਦੇ ਵਿੱਚ ਐਡ ਆਪਣੇ ਚੈਨਲ ਟਰੈਕਟਰ ਜ਼ਾਰ ਦੇ ਉੱਪਰ ਕਰਵਾ ਸਕਦੇ ਹੋ ਜੋ ਵੀ ਸਾਧਨ ਸੇਲ ਵਾਸਤੇ ਭੇਜਣਾ ਹੈ ਉਹਦਾ ਰੇਟ ਪਹਿਲਾਂ ਦੱਸਣਾ ਜੀ ਜਾਣਕਾਰੀ ਦੇ ਨਾਲ ਮਾਗਰੋ ਨਹੀਂ ਦੱਸਣਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਅਰਜਨ 555 ਅਰਜਨ 555 ਟਰੈਕਟਰ ਹੈ ਜੀ ਸੇਲ ਵਾਸਤੇ ਫੋਟੋਮਾ ਸਕਰੀਨ ਤੇ ਸ਼ੋ ਹੋ ਰਿਹਾ ਨੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ 2018 ਮਾਡਲ ਟਰੈਕਟਰ ਹੈ ਫੋਟੋਮਾ ਸਾਰੇ ਅੰਗਲਾਂ ਤੋਂ ਸਕਰੀਨ ਤੇ ਸ਼ੋ ਹੋਣੀਆਂ ਜੀ 2018 ਮਾਡਲ ਹੈ ਅਰਜਨ 555 ਟਰੈਕਟਰ ਹੈ 1240 ਘੰਟੇ ਟਰੈਕਟਰ ਟੋਟਲੀ origignal ਚੱਲਿਆ ਹੋਇਆ ਹੈ ਮੀਟਰ ਦੀਆਂ ਫੋਟੋਮਾ ਸਕਰੀਨ ਤੇ ਸ਼ੋ ਹੋ ਰਿਆ ਨੇ ਸਾਰੇ ਮੀਟਰ ਵਰਕਿੰਗ ਦੇ ਵਿੱਚ ਨੇ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਟਰੈਕਟਰ ਹੈ ਸਾਫ਼ ਸੁਥਰਾ ਸੋਹਣਾ ਟਰੈਕਟਰ ਹੈ ਕਿਸੇ ਪ੍ਰਕਾਰ ਦੀ ਕੋਈ ਪ੍ਰੋਬਲਮ ਟਰੈਕਟਰ ਦੇ ਵਿੱਚ ਨਹੀਂ ਹੈਗੀ ਸਾਈਡ ਗੇਅਰ ਹੈ ਡਬਲ ਕਲਚ ਦੇ ਨਾਲ ਹੈ ਜੀ ਪਾਵਰ ਸਟੀering ਹੈ ਡਿਮਾਂਡ ਵਿਰਾਂਗੋ ਟਰੈਕਟਰ ਦੀ 510000 ਰੁਪਇਆ ਰੱਖੀ ਗਈ ਹੈ 510000 ਰੁਪਇਆ ਡਿਮਾਂਡ ਹੈ ਫਿਕਸ ਰੇਟ ਨਹੀਂ ਹੈਗਾ ਰੇਟ ਮੌਕੇ ਦੇ ਵਿਰਾਂ ਅਡਜਸਟ ਕਰ ਲੈਣਗੇ ਏਰੀਆ ਵਿਰਾਂ ਦਾ ਫਲੋਰ ਏਰੀਆ ਵਿਰਾਂ ਦਾ ਜਲੰਧਰ ਦੇ ਵਿੱਚ ਫਲੋਰ ਮੋਬਾਈਲ ਨੰਬਰ ਵਿਰਾਂ ਦਾ ਸਕਰੀਨ ਤੇ ਸ਼ੋ ਹੋ ਰਿਹਾ ਹੈ 9814845486 9814845486 ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਅਗੇ ਵੀਰੋ ਕਲ ਕਰਦਾ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਹੈ ਜੀ ਸੇਲ ਵਾਸਤੇ ਟਰੈਕਟਰ 2021 ਮਾਡਲ ਹੈ ਜੀ 2021 ਮਾਡਲ ਹੈ ਵੀਰੋ ਨਿਕਲਿਆ ਟਰੈਕਟਰ ਦੂਜੇ ਮਹੀਨੇ 2022 ਦੇ ਵਿੱਚ ਹੈ 2022 ਦੇ ਦੂਜੇ ਮਹੀਨੇ ਦੇ ਵਿੱਚ ਟਰੈਕਟਰ ਨਿਕਲਿਆ ਹੋਇਆ ਹੈ ਕੰਡੀਸ਼ਨ ਵਗੈਰਾ ਸਾਰੀ ਸਾਫ਼ ਹੈ ਟਾਇਰ ਟਰੈਕਟਰ ਨੂੰ 92% ਨੇ 95% ਟਾਇਰਾਂ ਦੀ ਕੰਡੀਸ਼ਨ ਹੈ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਅਤੇ ਨਾਲ ਦੇ ਟਾਇਰ ਨੇ ਜੋ ਕੰਪਨੀ ਵੱਲੋਂ ਆਏ ਨੇ ਪਾਵਰ ਸਟੀering ਹੈ ਡਬਲ ਕਲਚ ਹੈ ਰਿਵਰਸ ਪੀਟੀਓ ਹੈ ਤੇਲ ਵਾਲੀਆਂ ਬ੍ਰੇਕਾਂ ਨੇ ਸਾਈਡ ਗੇਅਰ ਹੈ 3 ਸਪੀਡ ਹੈ ਡਬਲ ਡਿਸਟ੍ਰੀਬਿਊਟਰ ਹੈ ਟੌਪ ਮਾਡਲ ਦੇ ਵਿੱਚ ਟਰੈਕਟਰ ਹੈ ਜੀ 222 ਘੰਟੇ ਵੀਰੋ ਟਰੈਕਟਰ ਸਾਰਾ ਟੋਟਲੀ ਚੱਲਿਆ ਹੋਇਆ ਹੈ 222 ਘੰਟੇ 8,25,000 ਰੁਪਏ ਵੀਰਾਂ ਦੀ ਡਿਮਾਂਡ ਹੈ ਬਾਕੀ ਵੀਰ ਮੌਕੇ ਤੇ ਘੱਟ ਕਰ ਲੈਣਗੇ ਏਰੀਆ ਵੀਰਾਂ ਦਾ ਮੋਗ ਹੈ ਮੋਬਾਈਲ ਨੰਬਰ ਵੀਰਾਂ ਦਾ ਸਕਰੀਨ ਤੇ ਸ਼ੋਅ ਹੋ ਰਿਹਾ 9814431397 ਜੋ ਵੀਰਾਂ ਨੇ ਹਾਲ ਤੱਕ ਵੀਡੀਓ ਨੂੰ ਸ਼ੇਅਰ ਨਹੀਂ ਕੀਤਾ ਆਪਣੇ ਚੰਦ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀ ਇੱਕ ਵਾਰੀ ਵੀਡੀਓ ਨੂੰ ਅੱਗੇ-ਦੇਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕੋਈ ਵੀ ਇਹਨਾਂ ਸਾਧਨਾਂ ਦੇ ਵਿੱਚੋਂ ਕੋਈ ਸਾਧਨ ਖਰੀਦਣਾ ਚਾਹੁੰਦਾ ਹੈ ਐਡ ਦੇ ਏਰੀਆ ਸਾਰੀ ਜਾਣਕਾਰੀ ਆਸਾਨੀ ਦੇ ਨਾਲ ਪ੍ਰਾਪਤ ਕਰਕੇ ਖਰੀਦ ਸਕੇ ਇਸ ਕਰਕੇ ਵੀਡੀਓ ਨੂੰ ਅੱਗੇ-ਦੇਗੇ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਗੱਲ ਕਰਦੇ ਮੇਰੇ Mahindra 585 ਟਰੈਕਟਰ ਸੇਲ ਵਾਸਤੇ ਜੀ Mahindra 585 DI ਟਰੈਕਟਰ ਹੈ ਕੰਡੀਸ਼ਨ ਚੈੱਕ ਕਰ ਸਕਦੇ ਹੋ ਫੋਟੋਆਂ ਸਾਰੇ ਅੰਗਲਾਂ ਤੋਂ ਸਕਰੀਨ ਤੇ ਸ਼ੋ ਹੋ ਰਹੀਆਂ ਨੇ 2000 ਮਾਡਲ ਟਰੈਕਟਰ ਹੈ ਜੀ 2000 ਮਾਡਲ ਹੈ ਟਾਇਰ ਟਰੈਕਟਰ ਦੇ 90% ਨੇ ਚਾਰੋਂ ਟਾਇਰ ਸੇਮ ਕੰਡੀਸ਼ਨ ਦੇ ਵਿੱਚ ਨੇ ਸਾਰਾ ਟਰੈਕਟਰ ਬਿਲਕੁਲ オリジナル ਹੈ ਰੰਗ ਪੇਂਟ ਸਾਰਾ オリジナル ਹੈ ਪਹਿਲੇ ਨਾਮ ਹੈ ਪਹਿਲੇ ਵਿਰਾਂ ਦੇ ਘਰੇ ਹੈ ਹਲੇ ਜੋ ਵਿਰਾਂ ਨੇ ਫਸਟ ਟਾਈਮ ਤੇ ਕਢਾਇਆ ਸੀ ਜਾਂਸੀ ਚੋਂ ਪਹਿਲੇ ਵਿਰਾਂ ਦੇ ਨਾਮ ਹੈ ਪੰਜਾਬ ਨੰਬਰ ਹੈ ਜੀ ਪੇਪਰ ਮੌਕੇ ਤੇ ਕੰਪਲੀਟ ਵਿਲ ਜਾਣਗੇ ਟਾਇਰ 90% ਹੈ ਡਬਲ ਕਲਚ ਟਰੈਕਟਰ ਹੈ 6 ਚਿਰੀ ਦੇ ਵਿੱਚ ਹੈ ਡਬਲ ਕਲਚ 6 ਚਿਰੀ 260000 ਰੁਪਿਆ ਡਿਮਾਂਡ ਹੈ ਜੀ ਭਗਤਾਬਾਈ ਏਰੀਆ ਵਿਰਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੈ 94175 81582 ਇਹ ਨੰਬਰ ਤੇ ਕੰਟੈਕਟ ਕਰਕੇ ਟਰੈਕਟਰ ਨੂੰ ਖਰੀਦ ਸਕਦੇ ਹੋ ਟਰੈਕਟਰ ਸੰਬੰਧੀ ਹੋਰ ਜਾਣਕਾਰੀ ਲੈਣੀ ਹੋਵੇ ਇਸੇ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਅੱਗੇ ਵੀਰੋ ਗੱਲ ਕਰਦੇ ਆ ਮੱਕੀ ਵਾਲਾ ਕਟਰ ਹੈ ਜੀ ਸੇਲ ਵਾਸਤੇ ਕੰਪਾਈਨ ਦਾ ਕਟਰ ਹੈ ਜੀ ਮੱਕੀ ਵਾਲਾ 2021 ਮਾਡਲ ਕਟਰ ਹੈ ਜੀ ਇਹ 2021 ਮਾਡਲ ਫੋਟੋਆਂ ਸਕਰੀਨ ਤੇ ਸ਼ੋ ਹੋ ਰਹੀ ਨੇ ਕਟਰ ਦੀਆਂ ਕੰਡੀਸ਼ਨਾਂ ਚੈੱਕ ਕਰ ਸਕਦੇ ਹੋ ਜੀ ਬਾਕੀ ਖਰੀਦਣ ਸਮੇਂ ਹਰ ਇੱਕ ਐਂਗਲ ਤੋਂ ਜਾ ਕੇ ਮੌਕੇ ਤੇ ਪੂਰਾ ਤਸੱਲੀ ਨਾਲ ਚੈੱਕ ਕਰ ਸਕਦੇ ਹੋ। ਮੱਕੀ ਵਾਲਾ ਕਟਰ ਹੈ ਜੀ 2021 ਮਾਡਲ ਸੇਲ ਵਾਸਤੇ ਡਿਮਾਂਡ ਵੀਰਾਂ ਵੱਲੋਂ ਕਟਰ ਦੀ ਰੱਖੀ ਗਈ ਹੈ 1,65,000 ਰੁਪਇਆ ਏਰੀਆ ਵੀਰਾਂ ਦਾ ਅਮਲੋ ਹੈ ਪੰਜਾਬ ਦੇ ਵਿੱਚ ਅਮਲੋ ਏਰੀਆ ਹੈ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ 98156292297 98156292297 ਨੰਬਰ ਤੇ ਕੰਟੈਕਟ ਕਰਕੇ ਕਟਰ ਨੂੰ ਖਰੀਦ ਸਕਦੇ ਹੋ। ਅੱਗੇ ਵੀਰੋ ਗੱਲ ਕਰਦਾ ਤੂੜੀ ਦੀ ਟਰਾਲੀ ਹੈ ਜੀ ਸੇਲ ਵਾਸਤੇ 11 ਫੁੱਟ ਟਰਾਲੀ 11 ਫੁੱਟ ਲੰਬਾਈ ਦੇ ਵਿੱਚ ਹੈ ਵੀਰੋ 6 ਫੁੱਟ ਚੜਾਈ ਦੇ ਵਿੱਚ ਹੈ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਹੈ ਪੇਂਟ ਵਗੈਰਾ ਸਾਰਾ ਸਾਫ਼ ਸੁਥਰੀ ਜ ਹੈ ਟਰਾਲੀ ਦੇ ਦੋ ਚੀਜ਼ਾਂ ਨੇ ਨਾਲੇ ਤੇ ਟਰਾਲੀ ਵੀਰਾਂ ਨੇ ਸੇਲ ਕਰਨੀ ਹੈ ਜੇਕਰ ਕਿਸੇ ਵੀਰ ਨੇ ਕਿਰਾਏ ਤੇ ਲੈਣੀ ਹੈ ਤਾਂ ਕਿਰਾਇਤੀ ਵੀ ਮਿਲ ਚੁਗੀ ਰੈਂਟ ਤੇ ਵੀ ਦਿੱਤੀ ਜਾਊਗੀ ਟਰਾਲੀ ਤੇ ਸੇਲ ਵਾਸਤੇ ਵੀ ਹੈ ਬੈੱਡ ਵੀਰਾਂ ਵੱਲੋਂ ਦਿਖਾਇਆ ਗਿਆ ਨਾਲ ਬੈੱਡ ਹੈ ਜੀ ਟਰਾਲੀ ਦੇ ਇਸੇ ਤਰ੍ਹਾਂ ਸੇਲ ਵਾਸਤੇ ਕੰਡੀਸ਼ਨ ਵਗੈਰਾ ਸਾਰੀ ਸਾਫ਼ ਸੁਥਰੀ ਹੈ ਟਰਾਲੀ ਦੀ ਕੰਡੀਸ਼ਨ ਵਗੈਰਾ ਓਕੇ ਹੈ ਜਾਲੀ ਵਗੈਰਾ ਦੀ ਫਿਟਿੰਗ ਸਾਰੀ ਓਕੇ ਹੈ ਜਾਲੀ ਨਾਲ ਕੰਪਲੀਟ ਮਿਲੂਗੀ 11 ਫੁੱਟ ਦੀ ਟਰਾਲੀ ਹੈ 11 ਲੰਬਾਈ ਹੈ 6 ਚੜ੍ਹਾਈ ਹੈ ਏਰੀਆ ਵੇਰਾਂ ਦਾ ਜਾਂਡ ਵਾਲਾ ਜਾਂਡ ਏਰੀਆ ਵੇਰਾਂ ਦਾ ਪਿੰਡ ਹੈ ਵੇਰਾਂ ਦਾ ਔਰ ਵਧੇਰੇ ਜਾਣਕਾਰੀ ਦੇ ਲਈ ਮੋਬਾਈਲ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ 88728 64268 ਮੋਬਾਈਲ ਨੰਬਰ ਹੈ ਵੇਰਾਂ ਦਾ ਰੇਟ ਵੇਰਾਂ ਬਰਾਂ ਵੱਲੋਂ 1,05000 ਰੁਪਏ ਰੱਖਿਆ ਗਿਆ ਜੀ ਜੇਕਰ ਤੁਸੀਂ ਲੈਣੀ ਹੈ ਸੇਲ ਕਰਨੀ ਹੈ ਮੇਰਾ ਨੇ 105000 ਰੁਪਏ ਦੀ ਬਾਕੀ ਤੁਸੀਂ ਮੌਕੇ ਦੇ ਅੱਗੇ ਐਡਜਸਟ ਕਰ ਸਕਦੇ ਹੋ ਜੀ ਅੱਗੇ ਵੀਰੋ ਗੱਲ ਕਰਦੇ ਆਂ ਜੀ 16 ਫੁੱਟੀ ਟਰਾਲੀ ਹੈ ਸੇਲ ਵਾਸਤੇ ਟਰਾਲੀ 16 ਫੁੱਟ ਲੰਬਾਈ ਦੇ ਵਿੱਚ ਹੈ 7 ਫੁੱਟ ਚੜਾਈ ਦੇ ਵਿੱਚ ਹੈ ਬਿਲਕੁਲ ਸਾਫ਼ ਸੁਥਰੀ ਕੰਡੀਸ਼ਨ ਚ ਹੈ ਬਹੁਤ ਸੋਹਣੀ ਟਰਾਲੀ ਤਿਆਰ ਹੋਈ ਹੈ ਜੀ ਰੰਗ ਪੇਂਟ ਵਗੈਰਾ ਵਧੀਆ ਸੋਹਣੀ ਕੰਡੀਸ਼ਨ ਦੇ ਵਿੱਚ ਹੈ ਟਰਾਲੀ 'ਚ ਕੈਂਚੀਆਂ ਲੱਗੀਆਂ ਹੋਈਆਂ ਨੇ ਚਾਰੋਂ ਤਰਫ ਦੇ LED ਲਾਈਟਸ ਲੱਗੀਆਂ ਨੇ ਜਾਲੀ ਵਾਲਾ ਬੈੱਡ ਲੱਗਿਆ ਹੋਇਆ ਜੀ ਟਰਾਲੀ ਨੂੰ 2.5 ਫੁੱਟ ਦਾ ਬੈੱਡ ਲੱਗਿਆ ਜਾਲੀ ਵਾਲਾ ਬੈੱਡ ਲੱਗਿਆ ਹੋਇਆ ਸਾਰੇ ਫੀਚਰ ਅਵੇਲੇਬਲ ਨੇ ਪੂਰੀ ਸੋਹਣੀ ਟਰਾਲੀ ਤਿਆਰ ਹੋਈ ਹੈ 10 ਨੱਟੀ ਹੱਬ ਲੱਗੀ ਹੈ 10 ਇੰਚੀ ਚਾਸੀ ਲੱਗੀ ਹੈ ਜੀ ਰੇਲ ਦਾ ਹਿੱਸਾ ਲੱਗਿਆ 16 ਲੰਬਾਈ ਹੈ 7 ਚੜ੍ਹਾਈ ਹੈ ਟਾਟਾ ਸੇਲ ਦਾ ਲੋਹਾ ਲੱਗਿਆ ਸੇਲ ਲੋਹੇ ਦੀ ਕੰਡੀਸ਼ਨ ਦੇਖ ਸਕਦੇ ਹੋ ਮਾਰਕ ਕੇ ਵਗੈਰਾ ਦੇਖ ਸਕਦੇ ਹੋ ਜੀ ਸੇਲ ਦੇ ਏਰੀਆ ਵੀਰਾਂ ਦਾ ਬਾਬਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਏਰੀਆ ਵੀਰਾਂ ਦਾ ਡਿਮਾਂਡ 2,70,000 ਰੁਪਇਆ ਹੈ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜੀ 98782 99783 98782 99783 ਇਹ ਨੰਬਰ ਤੇ ਕੰਟੈਕਟ ਕਰਕੇ ਟਰਾਲੀ ਨੂੰ ਖਰੀਦ ਸਕਦੇ ਹੋ 16/7 ਹੈ ਪੂਰੀ ਸੋਹਣੀ ਹੈ ਬੀਲ ਕੱਪ ਲੱਗੇ ਹੈ ਜੀ ਵਧੀਆ ਕੰਡੀਸ਼ਨ ਟਰਾਲੀ ਹੈ ਅੱਜ ਦੀ ਵੀਡੀਓ ਦਾ ਸਫਰ ਆਪਣਾ ਇੱਥੇ ਤੱਕ ਸੀ ਧੰਨਵਾਦ ਸਾਰੇ ਵੀਰਾਂ ਦਾ ਵੀਡੀਓ ਨੂੰ ਪੂਰਾ ਦੇਖਣ ਲਈ ਜੋ ਵੀਰਾਂ ਨੇ ਆਪਣੇ ਚੈਨਲ ਟ੍ਰੈਕਟਰ ਯੂਨਸਬਸਕ੍ਰਾਈਬ ਨਹੀਂ ਕੀਤਾ ਸਾਰੇ ਵੀਰੋਂ ਰਿਕਵੈਸਟ ਹੈ ਵੀਡੀਓ ਦੇ ਨੀਚੇ ਲਾਲ ਰੰਗ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਦਾ ਬਟਨ ਜ਼ਰੂਰ ਦਬਾ ਲਿਓ ਤਾਂਕਿ ਰੋਜ਼ਾਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੋ ਵੀਰਾਂ ਨੇ ਹਾਲ ਤੱਕ ਵੀਡੀਓ ਸ਼ੇਅਰ ਨਹੀਂ ਕੀਤਾ ਨਵੇਂ ਪੁਰਾਣੇ ਸਾਰੇ ਵੀਰ ਸ਼ੇਅਰ ਕਰ ਦਿਓ ਤਾਂਕਿ ਬਾਅਦੋਂ ਅੱਗੇ ਤੁਹਾਡੇ ਲਈ ਐਡ ਲਾਇਕਿਆ ਸਕੀਏ ਜੋ ਵੀ ਵੀਰੇ ਸਾਧਨ ਖਿਦਾ ਚਾਹੁੰਦੇ ਉਸ ਐਡ ਦੀ ਜਰੀ ਜਾਣਕਾਰੀ ਪ੍ਰਾਪਤ ਕਰਕੇ ਖਰੀਦ ਸਕਣ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਚੰਗਾ ਜਿਹਾ ਕਮੈਂਟ ਤੇ ਲਾਈਕ ਦਾ ਬਟਨ ਜਰੂਰ ਛੱਡ ਜਾਈਓ ਅੱਜ ਤੱਕ ਆਪਣੇ ਜਾਣਨੀਆਂ ਦੇ ਨਾਲ ਜੁੜੇ ਰਹਿਣ ਲਈ ਧੰਨਵਾਦ ਸਾਰੀ ਵੀਰਾਂ ਦਾ ਇਸੇ ਤਰ੍ਹਾਂ ਜੁੜੇ ਰਹੋ ਆਪਣੇ ਚੈਨਲ ਟਰੈਕਟਰ ਯਾਰ ਦੇ ਨਾਲ